ਪੱਗਾਂ ਭਰਿਆ ਤੇ ਉਹਨਾਂ ਨੇ ਸਾਡਾ ਪੰਜਾਬ ਲਈ ਮੇਰੇ ਲਈ ਖਾਸ ਸਾਨਿਆ ਲਈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਸਾਡੇ ਹਲਕੇ ਵਿੱਚ ਟਾਟਾ ਸਟੀਲ ਇੰਡਸਟਰੀ ਦਾ ਅੱਜ ਉਦਘਾਟਨ ਕੀਤਾ। ਸੋ ਇਨਵੈਸਟ ਪੰਜਾਬ ਦੇ ਮੇਲੇ ਕਰਾਏ ਗਏ, ਟਾਟਾ ਸਟੀਲ ਦੇ ਸੀਐਮ ਸਾਹਿਬ ਆਪ ਜਾ ਕੇ ਮਿਲੇ ਤੇ ਪੰਜਾਬ ਦੇ ਵਿੱਚ ਅੱਜ ਐਡਾ ਵੱਡਾ ਪ੍ਰੋਜੈਕਟ ਜਿਹੜਾ ਅੱਜ ਹਲਕਾ ਸਾਨਿਆਲ ਦੇ ਵਿੱਚ 115 ਏਕੜ ਦੇ ਵਿੱਚ ਲੱਗ ਰਿਹਾ। ਸੋ ਜਿੱਥੇ ਹਜ਼ਾਰਾਂ ਕਰੋੜ ਇਨਵੈਸਟ ਕਰ ਰਹੇ ਅਤੇ ਨਾਲ ਸਾਡੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਔਰ ਮੇਰੇ ਲਈ ਬਹੁਤ ਖੁਸ਼ੀ ਹੈ ਕਿ ਅੱਜ ਹਲਕਾ ਸਾਨਿਆਲ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਜਵਾਨ ਇਸ ਪ੍ਰੋਜੈਕਟ ਦੇ ਵਿੱਚ ਇਸ ਇੰਡਸਟਰੀ 'ਚ ਕੰਮ ਕਰਨਗੇ। ਕਿੰਨੇ ਪਿੰਡਾਂ ਦੀ ਜ਼ਮੀਨ? ਜ਼ਮੀਨ ਦੇ ਆਲੇ ਦੁਆਲੇ ਪਿੰਡ ਆ, ਹਰਿਆਣਾ ਖੁਰਦ ਆ, ਧਨਾਨਸੂਆ, ਧੋਪੜੀ ਆ। ਇਹਨਾਂ ਪਿੰਡਾਂ ਦੇ ਨੌਜਵਾਨਾਂ ਨੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਅਤੇ ਇਹਨਾਂ ਨੂੰ ਮਿਲ ਵੀ ਰਿਹਾ, ਮਿਲਿਆ ਵੀ ਆ ਅਤੇ ਹੋਰ ਵੀ ਨਵਾਂ ਜਿਹੜਾ ਜਦੋਂ ਪ੍ਰੋਜੈਕਟ ਤਿਆਰ ਹੋਈ ਜਾਊਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਦੇ ਪਿੰਡਾਂ ਦੇ ਨੂੰ ਮਿਲੂਗਾ। ਸੋ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ, ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਅਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਉਹੀ ਅੱਜ ਪੰਜਾਬ ਰੰਗਲਾ ਪੰਜਾਬ ਬਣਨ ਦੀ ਸ਼ੁਰੂਆਤ ਹੋ ਗਈ ਹੈ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ, ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ, ਬਹੁਤ ਜਲਦੀ ਪੂਰਾ ਹੋਵੇ। ਸੋ ਸਾਡੇ ਹਲਕੇ ਲਈ ਅੱਜ ਭਾਗਾ ਭਰਿਆ ਦੇਣਾ ਹਲਕਾ ਵਾਸੀਆਂ ਵੱਲੋਂ, ਮੈਂ ਆਪਣੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ।